हर साल फगवाड़ा के मुख बाजार गौशाला रोड विच बारिश दौरान बरसाती पानी नाल दुकानदारा का भारी नुकसान हो जाता है, जिस संबंधी दुकानदार लगातार नगर निगम फगवाड़ा के अधिकारियों नूं इस दे हल बारे बेनती करते रहते हैं, पर निगम अधिकारियों के कन्नां उत्ते जू नहीं सिरकदी। बीते दो दिनों तो हो रही भारी बारिश के नाल इस बार फिर पानी बाजार दियां दुकानां विच चला गया, जिस नाल दुकानदारा का लखां दा नुकसान होया है। उस तो बाद दुकानदारा दे सबर दा बन भी टुट गया। सारे दुकानदार ने इकट्ठे होके बारिश दे विच पानी दे विचों लंघदे हुए पूरे बाजार विच नगर निगम मुरादाबाद अते एडीसी मैडम मुरादाबाद दे नारे लगाउंदे हुए मार्च कढ़िया है। पर ध्यान देने योग गल यह है कि एडीसी मैडम नयन जसल नूं फगवाड़ा विखे चार्ज लिया अजे थोड़ा ही समा होया अते इह समस्या ना बहुत सारा पुरानी है अते इस समस्या का कारण बाजारा विच सीवरेज पाइप छोटी पाई हुई है अते हुण आबादी वधन दे हिसाब दे नाल ओ थोड़े जिहे मीं तो बाद ब्लॉक हो जांदी है अते पानी सड़कां ते आ जांदा है, जिस नाल दुकानदारां नूं इह समस्या झेलनी पै रही है। फगवाड़ा तो रमन बैल दी रिपोर्ट, के आर टी न्यूज़ नैटवर्क। शाह रोड ते जी इक साडा प्राचीन मंदिर भी है, गौशाला दा नाल दो दो स्कूल भी आ, ਅਤੇ ਇੱਥੇ ਬਰਸਾਤੀ ਪਾਣੀ ਜਿਹੜਾ ਇੰਨਾ ਭਰ ਜਾਂਦਾ ਉਹਦੇ ਨਾਲ ਬੱਚਿਆਂ ਨੂੰ ਆਉਣਾ ਜਾਣਾ ਜਿਹੜਾ ਬੜਾ ਮੁਸ਼ਕਲ ਹੁੰਦਾ, ਸਕੂਲ ਬੈਗ ਵੀ ਉਹਨਾਂ ਦੇ ਗਿੱਲੇ ਹੋ ਜਾਂਦੇ ਆ, ਔਰ ਲੋਕ ਗੰਦਾ ਪਾਣੀ ਜਿਹੜਾ ਪੂਰਾ ਡੱਕਾ ਲੱਗਾ, ਬਿਮਾਰੀਆਂ ਦਾ ਘਰ ਹੈ, ਔਰ ਲੋਕ ਜਿਹੜੇ ਇੱਥੋਂ ਲੰਘ ਰਹੇ ਆ ਉਹ ਬਿਮਾਰੀਆਂ ਨੂੰ ਸੱਦਾ ਦੇ ਰਹੇ ਆ, ਔਰ ਇਹ ਮੰਦਿਰ ਦੀ ਮਰਿਆਦਾ ਨੂੰ ਵੀ ਨਹੀਂ ਧਿਆਨ 'ਚ ਰੱਖਿਆ ਨਗਰ ਨਿਗਮ ਨੇ, ਔਰ ਇਹਦਾ ਮਸਲੇ ਦਾ ਕੋਈ ਹੱਲ ਨਹੀਂ ਨਿਗਮ ਵੱਲੋਂ ਹੋ ਰਿਹਾ, ਔਰ ਅਸੀਂ ਡੀ ਸੀ ਸਾਹਿਬ ਨੂੰ ਇਹ ਪੁਰਜ਼ੋਰ ਮੰਗ ਕਰਾਂਗੇ ਕਿ ਇਸ ਮਸਲੇ ਦਾ ਹੱਲ ਕੀਤਾ ਜਾਵੇ। ਬਹੁਤ ਦੁਖੀ ਹੋ ਚੁੱਕੇ ਹਾਂ, ਅੱਜ ਥੋੜ੍ਹੀ ਜਿਹੀ ਬਾਰਿਸ਼ ਦੇ ਨਾਲ ਹੀ ਲੱਖ ਲੱਖ ਪਾਣੀ ਇੱਥੇ ਗਊਸ਼ਾਲਾ ਰੋਡ 'ਤੇ ਭਰਿਆ ਹੋਇਆ, ਅਤੇ ਦੁਕਾਨਦਾਰਾਂ ਦਾ ਜਿਹੜਾ ਰੋਜ਼ ਨੁਕਸਾਨ ਹੋ ਰਿਹਾ, ਇਹਦੇ ਲਈ ਨਗਰ ਨਿਗਮ ਫਗਵਾੜਾ ਕੁਛ ਨਹੀਂ ਕਰ ਰਹੀ। ਅੱਜ ਅਸੀਂ ਡੀ ਸੀ ਕਪੂਰਥਲਾ ਕੋਲ ਮੰਗਲਵਾਰ ਸਵੇਰੇ 11 ਵਜੇ ਟਾਈਮ ਲਿਆ, ਅਸੀਂ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਛੱਡ ਕੇ ਡੀ ਸੀ ਸਾਹਿਬ ਨੂੰ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਸੌਂਪਣ ਜਾ ਰਹੇ ਹਾਂ ਕਿ ਜੇਕਰ ਸਾਡੇ ਬਾਜ਼ਾਰ ਦਾ ਇਹ ਬਰਸਾਤੀ ਪਾਣੀ ਦਾ ਕੋਈ ਹੱਲ ਨਹੀਂ ਕੱਢਿਆ ਜਾਣਾ ਤਾਂ ਅਸੀਂ ਆਪਣੇ ਕਾਰੋਬਾਰ ਬੰਦ ਕਰਕੇ ਅਤੇ ਤੁਹਾਨੂੰ ਚਾਬੀਆਂ ਦੇ ਦਿੰਦੇ ਹਾਂ, ਔਰ ਤੁਸੀਂ ਜੋ ਕਰ ਸਕਦੇ ਹਾਂ ਕਰੋ, ਅਸੀਂ ਆਪਣੇ ਕਾਰੋਬਾਰ ਬੰਦ ਕਰ ਦਿੰਦੇ ਹਾਂ, ਔਰ ਨਿਗਮ ਨੂੰ ਔਰ ਸਰਕਾਰ ਨੂੰ ਸਾਡੇ ਵੱਲੋਂ ਕੋਈ ਟੈਕਸ ਨਹੀਂ ਜਾਊਗਾ। ਅਸੀਂ ਐਡੀ ਮੋਟੀ ਰਕਮ ਜਿਹੜੀ ਜੀ ਐੱਸ ਟੀ ਅਤੇ ਇਨਕਮ ਟੈਕਸ ਦੇ ਰੂਪ ਦੇ ਵਿੱਚ ਸਰਕਾਰ ਨੂੰ ਦਿੰਦੇ ਹਾਂ, ਔਰ ਸਾਨੂੰ ਕੋਈ ਵੀ ਸਹੂਲਤਾਂ ਨਹੀਂ ਮਿਲਦੀਆਂ। ਇਸੇ ਤਰ੍ਹਾਂ ਦਾ ਇੱਕ ਛੋਟਾ ਜਿਹਾ ਸਮੱਸਿਆ ਹੈ ਬਰਸਾਤੀ ਪਾਣੀ ਦੇ ਜਵਾਬ ਦਾ, ਉਹਨੂੰ ਹੀ ਦੂਰ ਨਹੀਂ ਕੀਤਾ ਜਾਂਦਾ। ਇਸ ਤੋਂ ਪਹਿਲਾਂ ਅਸੀਂ 5 ਵਾਰੀ ਦੁਕਾਨਦਾਰ ਸਾਰੇ ਇਕੱਠੇ ਹੋ ਕੇ ਨਗਰ ਨਿਗਮ ਕੋਲ ਗਏ ਹਾਂ, ਔਰ ਸਾਨੂੰ ਮੈਡਮ ਨੇ ਆਸ਼ਵਾਸਨ ਹੀ ਦਿੱਤੇ ਕਿ ਇਹਦਾ ਹੱਲ ਹੋ ਜਾਏਗਾ, ਪਰੰਤੂ ਵਾਰ ਵਾਰ ਕਹਿਣ ਦੇ ਵੀ ਕੋਈ ਸਫਾਈ ਨਹੀਂ ਹੋਈ। ਜਿਹੜਾ ਸੀਵਰੇਜ ਵੀ ਰੁਕੇ ਹੋਏ ਆ, ਨਾਲੇ ਵੀ ਰੁਕੇ ਹੋਏ ਆ, ਔਰ ਬਰਸਾਤੀ ਪਾਣੀ ਜਿਹੜਾ ਬਾਹਰ ਘੁੰਮ ਰਿਹਾ, ਬਿਨਾਂ ਬਰਸਾਤਾਂ ਵੀ ਹੁਣ ਤਾਂ ਪਾਣੀ ਬਾਜ਼ਾਰਾਂ ਦੇ ਵਿੱਚ ਆ ਜਾਂਦਾ। ਇਹਦੇ ਨਾਲ ਦੁਕਾਨਦਾਰ ਪੂਰੇ ਰੋਸ ਦੇ ਵਿੱਚ ਆ, ਪਰ ਮੰਗਲਵਾਰ ਸਵੇਰੇ 11 ਵਜੇ ਮੇਰੇ ਸਾਰੇ ਦੁਕਾਨਦਾਰ ਵੀਰ ਆਪਣੀਆਂ ਦੁਕਾਨਾਂ ਛੱਡ ਕੇ ਆਪਾਂ ਕਪੂਰਥਲਾ ਜਾਵਾਂਗੇ, ਔਰ ਡੀ ਸੀ ਨੂੰ ਮਿਲ ਕੇ ਸਾਰੀ ਆਪਣੀ ਮੰਗ ਰੱਖਾਂਗੇ।